ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਐਮ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਹੁਤ ਹੀ ਵੱਡਾ ਐਲਾਨ ਕਰ ਦਿੱਤਾ ਗਿਆ ਸਕੂਲਾਂ ਨੂੰ ਖੋਲ੍ਹਣ ਬਾਰੇ। ਹਾਂਜੀ ਦੋਸਤੋ, ਪੰਜਾਬ ਵਿੱਚ ਸਕੂਲ ਜਿਹੜੇ ਖੋਲ੍ਹ ਦਿੱਤੇ ਗਏ ਨੇ। ਹਾਂਜੀ ਦੋਸਤੋ, ਸਕੂਲ ਜਿਹੜੇ ਨੇ 26 ਜੁਲਾਈ ਤੋਂ ਖੋਲ੍ਹਣਗੇ। ਅਤੇ ਅਜੀਤ ਅਖਬਾਰ 'ਤੇ ਜਿਹੜੀ ਅਪਡੇਟ ਆਈ ਹੈ, ਵੀਡੀਓ ਵਿੱਚ ਦੱਸਾਂਗੇ ਸਾਰੀ ਅਪਡੇਟ ਅਤੇ ਦੱਸਾਂਗੇ ਕਿਸ ਕਿਸ ਜਮਾਤ ਦੇ ਸਕੂਲ ਖੋਲ੍ਹਣਗੇ। ਪਰੰਤੂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਆਲ 'ਤੇ ਪ੍ਰੈਸ ਕਰ ਲਵੋ। ਅਸੀਂ ਇੱਦਾਂ ਦੀਆਂ PSEB ਬੋਰਡ ਨਾਲ ਰਿਲੇਟਿਵ ਅਪਡੇਟ ਆਪਣੇ ਚੈਨਲ ਉੱਤੇ ਲੈ ਕੇ ਆਉਂਦੇ ਰਹਿੰਦੇ ਹਾਂ। ਚਲੋ ਕਰਦੇ ਹਾਂ ਵੀਡੀਓ ਨੂੰ ਸ਼ੁਰੂ। ਕਿਆ ਪੜ੍ਹਾਈ ਮੇਂ ਆਪਕੇ ਆਤੇ ਹੈ ਡਾਊਟਸ, ਤੋ 5 ਸੈਕਿੰਡ ਮੇਂ ਡਾਊਟਨਟ ਕੇ ਸਾਥ ਕਰੋ ਆਊਟ। ਬਸ ਆਪਣੇ ਸਵਾਲ ਕੀ ਫੋਟੋ ਖਿੱਚੋ ਔਰ ਕ੍ਰੋਪ ਕਰੋ ਔਰ ਤੁਰੰਤ ਵੀਡੀਓ ਸਲਿਊਸ਼ਨ ਪਾਓ। ਫਿਰ ਚਾਹੇ ਆਪਕਾ ਸਵਾਲ ਫਿਜਿਕ, ਕਮਿਸਟਰੀ, ਮੈਥ, ਬਾਇਓਲੋਜੀ ਕਾ ਹੋ, CBSE ਬੋਰਡ UP, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਜਾਂ ਅਨਿਆ ਸਟੇਟ ਬੋਰਡ ਕਾ ਹੈ, ਯਹਾਂ ਤੱਕ ਕਿ ਕਕਸ਼ਾ 6ਵੀਂ ਸੇ 12ਵੀਂ IIT-JEE ਔਰ NEET ਕਾ ਸਵਾਲ ਹੋ, ਸਭੀ ਸਵਾਲੋਂ ਕੇ ਵੀਡੀਓ ਸਲਿਊਸ਼ਨ ਬਸ 5 ਸੈਕਿੰਡ ਮੇਂ ਆਪਕੋ ਮਿਲੇਂਗੇ ਡਾਊਟਨਟ ਐਪ ਪਰ। ਇਸਕੇ ਸਾਥ ਹੀ ਡਾਊਟਨਟ ਪਰ ਚੱਲ ਰਹੀ ਹੈ ਏਕ ਦੁਨੀਆ ਕੀ ਨੰਬਰ 1 ਡੇਲੀ ਔਨਲਾਈਨ ਵੀਡੀਓ ਕਲਾਸਿਸ, ਵੋ ਵੀ ਇੰਗਲਿਸ਼ ਐਂਡ ਹਿੰਦੀ ਮੀਡੀਅਮ ਮੇਂ। ਯਹਾਂ ਪੂਰਾ ਕੋਰਸ ਪੜ੍ਹਾਇਆ ਜਾ ਰਹਾ ਹੈ, ਤੋ ਆਜ ਹੀ ਜਾ ਕਰ ਇਨ ਕੋਰਸ ਕਾ ਹਿੱਸਾ ਬਣੀਏ ਔਰ ਡਾਊਟਨਟ ਐਪ ਇੰਸਟਾਲ ਕੀਜੀਏ। ਤਾਂ ਹਾਂਜੀ ਦੋਸਤੋ, ਦੇਖ ਸਕਦੇ ਹੋ ਅਪਡੇਟ ਜਿਹੜੀ ਹੈ ਅਜੀਤ ਅਖਬਾਰ ਦੇ ਉੱਤੇ ਆਈ ਹੈ, ਜਿਹੜੀ ਕਿ 100% ਰੀਅਲ ਹੈ ਅਤੇ ਜਿਹੜੇ ਲਿਖਿਆ ਹੋਇਆ 26 ਜੁਲਾਈ ਤੋਂ ਪੰਜਾਬ ਵਿੱਚ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਖੁੱਲ੍ਹਣਗੇ ਸਕੂਲ। ਟਾਈਮ ਵੀ ਦੇਖ ਸਕਦੇ ਹੋ ਦੋਸਤੋ, 20 ਜੁਲਾਈ 2021 3:58 'ਤੇ ਜਿਹੜੀ ਇਹ ਖਬਰ ਆ ਰਹੀ ਹੈ। ਹੁਣ ਆਪਾਂ ਦੱਸਦੇ ਹਾਂ ਪੂਰੀ ਅਪਡੇਟ। ਮੁੱਖ ਮੰਤਰੀ ਪੰਜਾਬ ਵੱਲੋਂ 26 ਜੁਲਾਈ ਤੋਂ ਪੰਜਾਬ ਵਿੱਚ 10ਵੀਂ, 11ਵੀਂ ਅਤੇ 12ਵੀਂ ਦੇ ਸਕੂਲ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਇਸ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਸਥਿਤੀ ਕੰਟਰੋਲ ਵਿੱਚ ਰਹਿੰਦੀ ਹੈ ਤਾਂ 2 ਅਗਸਤ ਤੋਂ ਸਕੂਲਾਂ ਵਿੱਚ ਹੋਰ ਕਲਾਸਾਂ ਵੀ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਤਾਂ ਹਾਂਜੀ ਦੋਸਤੋ, ਇਹ ਸੀ ਅੱਜ ਦੀ ਅਪਡੇਟ। ਤੁਹਾਡੀ ਇਸ ਅਪਡੇਟ ਬਾਰੇ ਕੀ ਰਾਏ ਹੈ ਕਿ ਸਕੂਲ ਖੋਲ੍ਹਣ ਦਾ ਫੈਸਲਾ ਲੈ ਕੇ ਪੰਜਾਬ ਸਰਕਾਰ ਨੇ ਸਹੀ ਕੀਤਾ ਜਾਂ ਗਲਤ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ। ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ। ਧੰਨਵਾਦ।